ਗਾਈਜ਼, ਹਾਂਜੀ ਕਿੱਦਾਂ ਸਾਰੇ? ਉਮੀਦ ਹੈ ਸਾਰੇ ਵਧੀਆ ਹੋਣਗੇ। ਅੱਜ ਆਪਾਂ ਆਏ ਹਾਂ ਇੱਕ ਨਵੇਂ ਵਲੌਗ ਨਾਲ। ਤੁਹਾਡੇ ਸਾਰਿਆਂ ਦੀ ਰਿਕੁਐਸਟ, ਮੈਨੂੰ ਕਮੈਂਟ ਵੀ ਕਰਦੇ ਸੀ, ਮੈਸੇਜ ਵੀ ਕਰਦੇ ਸੀ ਵੀ ਤੁਸੀਂ ਹੁਣ ਵਲੌਗ ਨਹੀਂ ਬਣਾਉਂਦੇ। ਮੈਂ ਕਿਹਾ ਚਲੋ ਅੱਜ ਘੁੰਮਣ ਚੱਲੇ ਹਾਂ ਅਤੇ ਨਵਾਂ ਵਲੌਗ ਬਣਾਇਆ ਜਾਵੇ। ਅਤੇ ਅੱਜ ਆਪਾਂ ਚੱਲੇ ਹਾਂ ਮਾਊਂਟ ਟ੍ਰੈਂਬਲੈਂਡ, ਰਸਤੇ 'ਚ ਰੁਕਦੇ ਰੁਕਾਉਂਦੇ ਜਾਵਾਂਗੇ। ਪਲੈਨ ਹੈ ਵੀ ਆਟੋਵਾ ਰੁਕਾਂਗੇ, ਉੱਥੇ ਪਾਰਲੀਮੈਂਟ ਹਾਊਸ ਦੇਖਾਂਗੇ ਅਤੇ ਫਿਰ ਮਾਊਂਟ ਟ੍ਰੈਂਬਲੈਂਡ ਚੱਲਾਂਗੇ। ਚਲੋ ਆ ਜਾਓ, ਚੱਲੀਏ ਫਿਰ। ਚਲੋ ਆਪਾਂ ਪਹੁੰਚੇ ਆਟਵਾ, ਪਰ ਇੱਥੇ ਹੁਣ ਫ੍ਰੈਂਚ ਸ਼ੁਰੂ ਹੋ ਚੁੱਕੀ ਹੈ। ਜਿੱਦਾਂ ਸਟੋਪ ਸਾਈਨ 'ਤੇ ਇੰਗਲਿਸ਼ ਵੀ ਲਿਖੀ ਹੋਈ ਹੈ ਅਤੇ ਇਹ ਫ੍ਰੈਂਚ 'ਚ ਵੀ ਲਿਖਿਆ ਹੋਇਆ ਐਰਟ। ਹੁਣ ਮੈਂ ਸਾਰਾ ਅਗਲਾ ਵਲੌਗ ਫ੍ਰੈਂਚ 'ਚ ਬਣਾਉਣਾ ਅਤੇ ਜੁੜੇ ਰਹੋ ਫ੍ਰੈਂਚ ਸਿੱਖਣ ਲਈ। ਜਿਹਨਾਂ ਜਿਹਨਾਂ ਨੇ ਫ੍ਰੈਂਚ ਕੋਰਸ ਕਰਨਾ ਫ੍ਰੀ 'ਚ, ਉਹ ਜੁੜੇ ਰਹੋ ਐਂਡ ਤੱਕ ਦੇਖਿਓ। ਇੱਦਾਂ ਇੱਦਾਂ ਫ੍ਰੈਂਚ ਸਿਖਾ ਦੇਣੀ ਹੈ, ਇੱਦਾਂ, ਠੀਕ ਹੈ? ਆਹ ਦੇਖੋ, ਸਿੱਧਾ ਡਾਇਰੈਕਟ ਧਮਕੀ ਦਿੱਤੀ ਗਈ ਹੈ, ਡੋਂਟ ਈਵਨ ਥਿੰਕ ਆਫ ਪਾਰਕਿੰਗ ਹੈਅਰ। ਸ਼ਹਿਰ ਬਹੁਤ ਸੋਹਣਾ ਪਰ ਇੱਥੇ ਪਾਰਕਿੰਗ ਦੀ ਬੇਹੱਦ ਕਮੀ ਹੈ, ਬੇਹੱਦ। ਚਲੋ ਤੁਹਾਨੂੰ ਦਿਖਾਉਂਦੇ ਹਾਂ ਕਿਉਂ ਕਮੀ ਹੈ, ਕਿਉਂ ਇੱਥੇ ਲੋਕ ਆ ਕੇ ਦੇਖਣਾ ਚਾਹੁੰਦੇ ਨੇ ਇੰਨਾ ਕੁਛ। ਆਹ ਵਿਊ ਚੈੱਕ ਕਰੋ ਜਿਹੜਾ, ਅੱਗੇ ਹੋਰ ਵੀ ਹੈ
ਪਰ ਆ ਸ਼ੁਰੂਆਤ ਆ। ਪਾਰਕਿੰਗ ਉੱਧਰ ਵੀ ਹੈ, ਆਪਾਂ ਪਾਰਕਿੰਗ ਲੱਭ ਲਓ ਮਰ ਗਏ। 500 ਸਾਲ ਹੋ ਗਏ ਸਾਨੂੰ ਆਇਆ ਨੂੰ, ਪਾਰਕਿੰਗ ਨਹੀਂ ਲੱਭੀ ਸਾਨੂੰ। ਇੱਦਾਂ ਹੀ ਬਹੁਤ ਸਾਰੀਆਂ ਬਿਲਡਿੰਗਾਂ ਨੇ, ਉਹਨਾਂ ਦੇ ਅੰਦਰ ਕੀ ਆ ਉਹ ਜਾ ਕੇ ਦੇਖਦੇ ਹਾਂ। ਬਾਹਰੋਂ ਉਹ ਲਿਖਿਆ ਹੋਇਆ ਅੱਛਾ, ਗਾਰਡਨ 1854 to 1937। ਨੇ ਸਕਿਉਰਟੀ ਵੀ ਅੱਛੀ ਬੜੀ। ਬੈਂਕ ਆਫ ਮੋਂਟਰੀਅਲ, ਬੈਂਕ ਆਫ ਮੋਂਟਰੀਅਲ ਕਿਹੜਾ? ਮੈਂ ਸੋਚਿਆ ਤਾਂ ਇਹ ਹੈ ਵੀ ਤੁਹਾਨੂੰ ਘੁਮਾਉਂਦੀ ਹਾਂ ਦਿਖਾਉਂਦੀ ਹਾਂ ਸਾਰਾ, ਪਰ ਮੈਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਏਡੀ ਏਡੀ ਬਿਲਡਿੰਗਾਂ ਹੈਗੀਆਂ ਕਾਹਦੀਆਂ ਨੇ। ਆਪਾਂ ਇਕੱਠੇ ਪਤਾ ਕਰਦੇ ਹਾਂ, ਕੋਈ ਗੱਲ ਨਹੀਂ, ਨਹੀਂ ਪਤਾ ਹੁੰਦਾ ਪਹਿਲੀ ਵਾਰ ਬੰਦੇ ਨੂੰ, ਹੌਲੀ ਹੌਲੀ ਪਤਾ ਲੱਗੂਗਾ। ਆਪਾਂ ਵੈਸੇ ਆਪਾਂ ਆਏ ਹੋਏ ਹਾਂ ਆਟਵਾ, ਮੈਂ ਜੇ ਇੰਟਰੋਡਕਸ਼ਨ ਬਣਾ ਲਈ ਹੋਈ ਤਾਂ ਮੈਂ ਪਾ ਦੂੰਗੀ ਪਹਿਲਾਂ, ਪਰ ਨਹੀਂ ਤਾਂ ਮੈਂ ਹੁਣ ਤੁਹਾਨੂੰ ਦੱਸ ਦਿੰਦੀ ਹਾਂ। ਆਪਾਂ ਆਏ ਹੋਏ ਹਾਂ ਆਟਵਾ। ਆਟਵਾ ਕੀ ਹੈ? ਕੈਨੇਡਾ ਦੀ ਰਾਜਧਾਨੀ। ਉਹ ਯਾਰ ਇਹਨਾਂ ਨੇ ਅੱਗ ਬਾਲੀ ਪਈ ਇੰਨੀ ਧੁੱਪ 'ਚ, ਅਰੇ ਸਾਨੂੰ ਅੱਗ ਦਿਖਾਵਾਂ ਬਲਦੀ ਉਰੇ, ਪਤਾ ਨਹੀਂ ਕੀ ਹੈ ਇਹ ਅੱਗ, ਪਾਣੀ 'ਚ ਅੱਗ, ਤੇਰਾ ਭਲਾ ਹੋ ਜਾਵੇ। ਚਲੋ ਚਲੋ ਚਲੋ, ਉਹ ਕੈਮਰਾ ਕਿੱਥੋਂ ਘੁੰਮਦਾ? ਆਹ ਦੇਖੋ, ਚੈੱਕ ਕਰੋ, ਇਹ ਹੈਗਾ ਪਾਣੀ ਹੈ। ਇਹ ਮੇਰਾ ਤਾਂ ਹੱਥ ਲਾ ਕੇ ਦੇਖਣਗੇ, ਲਾ ਰਹੇ ਨੇ ਕਿ ਨਹੀਂ? ਲਾਇਆ ਲਾਇਆ ਲਾ ਲਿਆ ਲਾ ਲਿਆ, ਆਪਾਂ ਵੀ ਲਾ ਕੇ ਦੇਖਦੇ ਹਾਂ ਉਹਨਾਂ ਦੇ ਹੱਥ ਠੀਕ ਠਾਕ ਨੇ। ਹਾਂਜੀ, ਪਹਿਲੀ ਚੀਜ਼ ਤਾਂ ਪਤਾ ਲੱਗ ਗਈ ਵੀ ਇਹ ਪਾਰਲੀਮੈਂਟ ਹਾਊਸ ਹੈ। ਪਤਾ ਸੀ ਮੈਨੂੰ ਵੀ ਪਾਰਲੀਮੈਂਟ ਹਾਊਸ ਹੈ, ਕਲੀਅਰ ਨਹੀਂ ਸੀ ਵੀ ਕਿਹੜਾ, ਅਤੇ ਹੁਣ ਆਪਾਂ ਨੂੰ ਪਤਾ ਲੱਗ ਗਿਆ। ਆ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਕੁਛ, ਆਹ ਲਿਖਿਆ ਹੋਵੇ ਬੰਦੇ ਵਾਂਗੂ ਤਾਂ ਬੰਦੇ ਨੂੰ ਪਤਾ ਵੀ ਲੱਗੇ। ਆ ਦੇਖੋ ਸਾਰਾ ਕੁਛ ਲਿਖਿਆ ਹੋਇਆ, ਆਹ ਚੈੱਕ ਕਰੋ ਇਹ, ਆਹ ਦੇਖੋ ਵੈਲਕਮ ਟੂ ਪਾਰਲੀਮੈਂਟ, ਫਰੈਂਚ ਵੀ ਹੈ ਨਾਲ ਅਤੇ ਇੰਗਲਿਸ਼ ਵੀ ਹੈ। ਪਹਿਲਾਂ ਲਿਖਿਆ ਫਰੈਂਚ 'ਚ, ਫਿਰ ਲਿਖਿਆ ਇੰਗਲਿਸ਼ 'ਚ। ਆਹ ਦੇਖੋ ਇੱਥੇ ਬਰੀਫ ਜਿਹਾ ਦਿੱਤਾ ਹੋਇਆ ਕਿਹੜੇ ਕਿਹੜੇ ਪੁਆਇੰਟਸ ਨੇ, ਅਤੇ ਉਹ ਜਿਹੜੀ ਆਪਾਂ ਉਹ ਅੱਗ ਦੇਖ ਕੇ ਆਏ ਪਾਣੀ 'ਚ, ਆਹ ਇਹ ਜਿਹੜਾ ਲਿਖਿਆ ਹੋਇਆ ਸੈਂਟੇਨੀਅਲ ਫਲੇਮ ਹੈ, ਇਹਦੇ ਬਾਰੇ ਹਜੇ ਤਾਂ ਪਤਾ ਨਹੀਂ ਕੀ ਲਿਖ, ਮਤਲਬ ਇਨਫੋਰਮੇਸ਼ਨ ਇੰਨੀ ਹੈ ਨਹੀਂ, ਬਟ ਹੋ ਸਕਦਾ ਕੁਛ ਇਤਿਹਾਸ ਹੋਵੇ ਵਧੀਆ, ਜਦੋਂ ਮਿਲਿਆ ਤਾਂ ਮੈਂ ਦੱਸੂੰਗੀ। ਬਾਕੀ ਫਿਰ ਬੀ ਹੈਗਾ ਨੈਸ਼ਨਲ ਵਾਰ ਮੈਮੋਰੀਅਲ, ਅਤੇ ਸੀ ਹੈਗਾ ਮੋਨੀਮੈਂਟ, ਲੈਟਸ ਸੀ ਕਿ
ਕੀ ਕੁਛ ਮਿਲਦਾ ਇੱਥੇ। ਆ ਬਿਲਡਿੰਗ ਹੈ ਮੇਨ ਇਹਨਾਂ ਦੀ ਜਿੱਥੇ ਸੋਚਿਆ ਸੀ ਅੰਦਰ ਜਾਵਾਂਗੇ, ਪਰ ਆ ਵਿੱਚ ਕੰਸਟਰਕਸ਼ਨ ਵਾਲਾ ਟੁੱਚਰ ਡਿਆ ਹੋਇਆ, ਇਹਦੇ ਕਰਕੇ ਆਪਾਂ ਅੰਦਰ ਨਹੀਂ ਜਾ ਸਕਦੇ। ਹੁਣ ਇਹ ਕੁਛ ਨਾ ਕੁਛ ਲਾਈ ਰੱਖਦੇ, ਕੁਛ ਨਾ ਕੁਛ ਭੰਨ ਤੋੜ ਰੱਖਦੇ ਨੇ, ਪਰ ਆਹ ਇਹਨਾਂ ਦੀ ਮੇਨ ਸੀਗੀ। ਬਾਕੀ ਆਸੇ ਪਾਸੇ ਸਾਰੀਆਂ ਬਿਲਡਿੰਗਸ ਇੱਦਾਂ ਦੀਆਂ ਹੀ ਨੇ ਪੂਰੀਆਂ। ਗਰਮੀ ਬਹੁਤ ਹੈ ਇੱਥੇ, ਪੂਰਾ ਰੱਜ ਕੇ ਧੁੱਪ, ਉੱਦਾਂ ਵਿਊ ਸੋਹਣਾ, ਸਾਰਾ ਕੁਛ ਸੋਹਣਾ, ਬਿਲਡਿੰਗ ਸੋਹਣੀਆਂ ਨੇ। ਸੂਰਜ ਚੈੱਕ ਕਰੋ, ਆਪਣੀ ਫ੍ਰੈਂਚ ਬਹੁਤ ਵਧੀਆ ਚੱਲ ਰਹੀ ਹੈ, ਤੁਹਾਨੂੰ ਅਪਡੇਟ ਦੇਣਾ ਚਾਹੂੰਗੀ। ਪਹਿਲਾਂ ਆਪਾਂ ਕਿਹੜਾ ਵਰਡ ਸਿੱਖਿਆ ਸੀ? ਸਟੋਪ। ਸਟੋਪ ਨੂੰ ਕੀ ਕਹਿੰਦੇ ਸੀ? ਸਟੋਪ ਸਾਈਨ, ਰੁਕੋ। ਰੁਕੋ ਪੰਜਾਬੀ ਵਿੱਚ ਰੁਕੋ, ਫ੍ਰੈਂਚ ਵਿੱਚ ਹੁੰਦਾ ਐਰਟ। ਅਤੇ ਦੂਜਾ ਹੈਗਾ ਪੋਸਟ ਆਫਿਸ, ਪੋਸਟ ਆਫਿਸ ਨੂੰ ਕਹਿੰਦੇ ਆ ਬਿਊਰੋ ਦੇ ਪੋਸਤੇ। ਆਹ ਦੇਖੋ ਮੇਰੇ ਪਿੱਛੇ ਪੋਸਟ ਆਫਿਸ ਹੈ ਨਾ, ਇਹ ਆਹ ਦੇਖੋ, ਇਹਨੂੰ ਕਹਿੰਦੇ ਨੇ ਬਿਊਰੋ ਦੇ ਪੋਸਤੇ। ਪਾਰਲੀਮੈਂਟ ਹਾਊਸ ਤੋਂ ਨਾਲ ਹੀ 2-3 ਮਿੰਟ ਵਾਕ ਕਰਕੇ ਆ ਮੋਨੂਮੈਂਟ ਬਣਿਆ ਹੋਇਆ, ਅਤੇ ਆਈ ਥਿੰਕ ਇਹ ਵਾਰ ਰਿਲੇਟਿਡ ਹੈ, 1914-1918 ਇਨ ਸਰਵਿਸ ਟੂ ਕੈਨੇਡਾ। ਬੜੀ ਸ਼ਾਨਦਾਰ ਚੀਜ਼ ਬਣਾਈ ਹੋਈ ਹੈ ਯਾਰ ਇਹਨਾਂ ਨੇ। ਅਸੀਂ ਲੱਗੇ ਸੀ ਮੋੜਨ ਜੂਸ ਪੀ ਕੇ, ਤੇ ਇੱਕੋ ਦਮ ਹੀ ਮੈਂ ਦੇਖਿਆ ਵੀ ਇਧਰਲੇ ਪਾਸੇ ਕੁਛ ਹੈਗਾ, ਤੇ ਇੱਥੇ ਆ ਦੇਖੋ ਤੁਹਾਨੂੰ ਦਿਖਾਉਂਦਾ, ਇੱਥੇ ਹੈਗੀ ਹੈ ਨਹਿਰ, ਸ਼ਹਿਰ ਦੇ ਗੱਬੇ ਵਿੱਚ ਵਿਚਾਲੇ। ਪਤਾ ਨਹੀਂ ਪਾਣੀ ਕਿੰਨਾ ਸਾਫ਼ ਹੋਊਗਾ, ਦੂਰੋਂ ਤਾਂ ਔਖੇ ਔਖੇ ਲੱਗ ਰਿਹਾ ਕੰਮ, ਉਹ ਨਹੀਂ ਪਾਣੀ ਨਹੀਂ ਸਾਫ਼, ਪਰ ਮੇਬੀ ਹਜੇ ਕੰਮ ਕੁੰਮ ਚੱਲਦਾ ਹੋਊ। ਬਟ ਉੱਦਾਂ ਸ਼ਹਿਰ ਦੇ ਗੱਬੇ, ਸ਼ਹਿਰ ਦੇ ਕੀ ਪਾਰਲੀਮੈਂਟ ਹਾਊਸ ਦੇ ਗੱਬੇ ਬਣੀ ਹੋਈ ਹੈ, ਸੋਹਣਾ ਵਿਊ ਹੈ ਜੀ।
ਆ ਜਿਹੜੀ ਬੋਟ ਖੜੀ ਆ ਕਿਸ਼ਤੀ, ਤੇ ਇਹ ਬੋਟ ਟੂਰ ਮਿਲ ਜਾਂਦਾ ਆਪਾਂ ਨੂੰ। ਫਿਰ ਮਤਲਬ ਇਹ ਪਾਣੀ ਪਾਣੀ ਚ ਸਾਰੀ ਸਾਰਾ ਸ਼ਹਿਰ ਘੁਮਾਉਂਦੇ ਨੇ। ਇੱਦਾਂ ਥਾਂ ਥਾਂ ਨਾ ਐਪ ਸਕੈਨ ਕਰਨ ਦੀਆਂ ਬਣੀਆਂ ਹੋਈਆਂ, ਤੁਹਾਨੂੰ ਕਿਸੇ ਬੰਦੇ ਤੋਂ ਜਾ ਕੇ ਟਿਕਟਾਂ ਖਰੀਦਣੀਆਂ ਵੀ ਨਹੀਂ ਪੈਣੀਆਂ। ਆ ਇੱਥੇ ਜਿੱਦਾਂ ਸਕੈਨਿੰਗ ਵਾਲੇ ਬੋਰਡ ਲੱਗੇ ਹੋਏ ਨੇ, ਬਸ ਤੁਸੀਂ ਇਹਨਾਂ ਨੂੰ ਸਿੱਧਾ ਸਕੈਨ ਕਰੋ ਤੁਹਾਡੀ ਟਿਕਟ ਤੁਹਾਡੇ ਫੋਨ 'ਚ, ਅਤੇ ਜਾ ਕੇ ਬੋਰਡ 'ਚ ਬਹਿ ਜਾਓ। ਈ ਟਿਕਟਸ ਮਿਲ ਜਾਂਦੀਆਂ ਨੇ ਐਂਡ ਭਾਵ ਵਧੀਆ ਕੰਮ ਹੈ। ਗੁੱਡ ਹੈ, ਗੁੱਡ ਹੈ। ਇੱਥੇ ਆਹ ਕੰਮ ਬਹੁਤ ਵਧੀਆ, ਮਤਲਬ ਸਫਾਈ ਰੱਖਣ ਦੇ ਨਾਲ ਨਾਲ ਸਾਫ਼ ਸੁਥਰਾ ਤਾਂ ਹੁਣ ਇਹ ਹੈਗਾ ਹੀ ਹੈ ਸਾਰਾ ਸ਼ਹਿਰ, ਸਾਰਾ ਦੇਸ਼ ਹੀ। ਪਰ ਥਾਂ ਥਾਂ 'ਤੇ ਜਿੱਦਾਂ ਵੋਲ ਹੋ ਗਈ, ਪੌੜੀਆਂ ਹੋ ਗਈਆਂ, ਉੱਥੇ ਨਾ ਇੱਦਾਂ ਦੀ ਅਕਸਰ ਹੀ ਮਿਲ ਜਾਂਦੀ ਹੈ। ਕੰਮ ਵਧੀਆ ਲੱਗਦਾ ਯਾਰ। ਆਹ ਸਾਰੀ ਨਾ ਬੜੀ ਵਧੀਆ ਜਿਹੀ ਬਣੀ ਹੋਈ ਆ। ਹੁਣ ਉਹ ਪਾਣੀ ਦੇਖ ਕੇ ਅਸੀਂ ਫਿਰ ਮੁੜਦੇ ਹਾਂ ਅਤੇ ਗਾਂ, ਅਤੇ ਆ ਫਿਰ ਕੁਛ ਲੱਗ ਰਿਹਾ ਵੀ ਖਤਰਨਾਕ ਜਿਹੀ ਚੀਜ਼ ਮੈਂ ਸੋਚ ਲਈ ਸੀ। ਚਲੋ ਆ ਕੇ ਦੇਖਦੇ ਹਾਂ। ਆਹ ਦੇਖੋ ਵਿਊ, ਉਹ ਉੱਧਰ ਮੇਨ ਰਿਵਰ ਹੈ, ਉਹ ਪੁਲ ਬਣਿਆ ਹੋਇਆ, ਅਤੇ ਆ ਫਿਰ ਨਾਲ ਲਿਫਟ ਵਾਂਗੂ ਲੱਗੀਆਂ ਹੋਈਆਂ ਨੇ। ਆਪਾਂ ਚੱਲੇ ਨੈਕਸਟ ਡੈਸਟੀਨੇਸ਼ਨ ਵੱਲ, ਆਟੋ ਨੂੰ ਕਰ ਚੱਲੇ ਬਾਏ ਬਾਏ। ਆਹ ਇੱਕ ਇੱਥੇ ਨਾ ਮੈਕਸੀਕਨ ਮੇਲਾ ਲੱਗਿਆ ਹੋਇਆ ਸੀ, ਇੱਥੇ ਜਾ ਨਹੀਂ ਹੋਇਆ, ਪਰ ਉਹ ਵਾਊਚਰ ਜਿਹੇ ਦਿੰਦੇ ਫਿਰਦੇ ਸੀਗੇ ਕਿ ਆਇਓ ਉੱਥੇ ਮੈਕਸੀਕਨ ਫੂਡ ਐਂਡ ਐਵਰੀਥਿੰਗ। ਆਪਾਂ ਪੁਲ ਪਾਰ ਕਰਦੇ ਨਾ, ਐਂਟਰ ਹੋ ਜਾਣਾ ਕਿਊਬਿਕ 'ਚ।
ਹੁਣ ਇੱਥੇ ਇੰਗਲਿਸ਼ ਬਿਲਕੁਲ ਨਹੀਂ ਮਿਲਣੀ, ਆਈ ਮੀਨ ਮੋਸਟਲੀ ਸਾਰੇ ਸਾਈਨ ਬੋਰਡ ਸਾਰਾ ਕੁਛ ਫ੍ਰੈਂਚ 'ਚ ਹੀ ਹੋਊਗਾ। ਬੰਦ ਨਹੀਂ ਹੋਈ, ਰਿਜ਼ਰਵ 'ਚ ਹੁੰਦਾ ਤੇਲ, ਫਿਰ ਅੱਜ ਪ੍ਰੂਵ ਹੋ ਗਿਆ ਉਹ ਚੀਜ਼, ਹੁਣ ਤੇਲ ਪਾਉਣ ਲੱਗਿਆ, ਪਹੁੰਚ ਗਿਆ ਪੰਪ 'ਤੇ। ਬਸ ਹੁਣ ਰਾਹ 'ਚ ਆ, ਪਹੁੰਚ ਚੱਲੇ ਹਾਂ ਅੱਧੇ ਘੰਟੇ 'ਚ, ਅਤੇ ਬਾਬਾ ਜਨਤਾ ਜਾ ਰਹੀ ਆ ਉੱਥੇ ਹੁਣ, ਲੱਗਦਾ ਵੀ ਬਾਬਾ ਗੱਡੀਆਂ ਉਸੇ ਰਾਹ 'ਤੇ ਜਾ ਰਹੀਆਂ ਨੇ। ਹਾਂਜੀ ਆਪਾਂ ਪਹੁੰਚ ਗਏ ਹਾਂ ਇੱਥੇ ਸਿਟੀ 'ਚ, ਪਰ ਪਹੁੰਚਦੇ ਪਹੁੰਚਦੇ ਹਨੇਰਾ ਹੋ ਗਿਆ, ਅਤੇ ਹੁਣੇ ਆਪਾਂ ਡਿਨਰ ਕਰਿਆ ਇੱਕ ਇਟਾਲੀਅਨ ਰੈਸਟੋਰੈਂਟ 'ਚ, ਪਾਸਤਾ ਖਾਧਾ ਸੀ, ਐਕਸਪੈਕਟ ਨਹੀਂ ਸੀ ਕਰਿਆ ਵੀ ਇੰਨਾ ਵਧੀਆ ਹੋਊਗਾ, ਬਟ ਇਟ ਵਾਜ਼ ਗੁੱਡ। ਅਤੇ ਪਰ ਹੁਣ ਆਪਾਂ ਸ਼ਹਿਰ ਦਿਖਾਵਾਂਗੇ ਸਵੇਰੇ, ਕਿਉਂਕਿ ਹਨੇਰਾ ਹੋ ਗਿਆ ਹੁਣ, ਸਾਰਾ ਆਲਮੋਸਟ ਬੰਦ ਹੈ, ਵਜੇ ਤਾਂ 9 ਨੇ ਹਜੇ, ਬਟ ਇਹ ਸ਼ਹਿਰ ਜਲਦੀ ਸੌਂ ਜਾਂਦਾ, ਸੋ ਸਵੇਰੇ ਮਿਲਦੇ ਹਾਂ।